ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ Meet Academy ਦੇ ਉੱਤੇ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਜਾ ਰਹੀ ਹੈ ਪੰਜਾਬ ਦੇ ਵਿੱਚ ਕੁਝ ਨਵੀਆਂ ਵੈਕੈਂਸੀਆਂ ਜਿਨ੍ਹਾਂ ਨੂੰ ਆਊਟ ਕਰ ਦਿੱਤਾ ਗਿਆ ਹੈ 8-9 ਤਰ੍ਹਾਂ ਦੀਆਂ ਵੈਕੈਂਸੀਜ਼ ਹੈ ਸਾਰਿਆਂ ਵਾਸਤੇ ਲਾਸਟ ਡੇਟ ਵੀ ਅਲੱਗ-ਅਲੱਗ ਹੈ ਐਲੀਜੀਬਿਲਟੀ ਵੀ ਅਲੱਗ-ਅਲੱਗ ਹੈ ਤਾਂ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਕਲੀਅਰ ਕਰਾਂਗੀ ਕਿਹੜੀ ਪੋਸਟ ਲਈ ਕੀ-ਕੀ ਐਲੀਜੀਬਿਲਟੀ ਕ੍ਰਾਈਟੇਰੀਆ ਦੱਸਿਆ ਗਿਆ ਹੈ ਉਸ ਤੋਂ ਪਹਿਲਾਂ ਜੇਕਰ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੇਕਰ ਤੁਸੀਂ ਪੰਜਾਬ ਸਟੇਟ ਦੀ ਅਤੇ ਉਹਦੇ ਨਾਲ ਨਾਲ ਸੈਂਟਰਲ ਦੀ ਜਿਹੜੀ ਵੀ ਵੈਕੈਂਸੀਜ਼ ਆndੀਆਂ ਆ ਉਹਦੀ ਇਨਫੋਰਮੇਸ਼ਨ ਸਭ ਤੋਂ ਪਹਿਲਾਂ ਲੈਣਾ ਚਾਹੁੰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰੋ ਇਹ ਨਾਲ ਤੁਹਾਨੂੰ ਹਰ ਨੋਟੀਫਿਕੇਸ਼ਨ ਟਾਈਮ ਤੇ ਮਿਲ ਜੂਗਾ ਜਦੋਂ ਵੀ ਮੈਂ ਤੁਹਾਡੇ ਵਾਸਤੇ ਕੋਈ ਨਵੀਂ ਜਾਣਕਾਰੀ ਲੈ ਕੇ ਆਵਾਂਗੀ ਦੱਸਣਾ ਚਾਹਵਾਂਗੀ ਪੰਜਾਬ ਦੇ ਵਿੱਚ ਇਸ ਰਿਕਰੂਟਮੈਂਟ ਤੋਂ ਇਲਾਵਾ ਦੋ ਤੋਂ ਤਿੰਨ ਨੋਟੀਫਿਕੇਸ਼ਨ ਹੋਰ ਆ ਚੁੱਕੇ ਆ ਜਿਵੇਂ ਪੀ ਟ੍ਰਿਪਲ ਐਸ ਬੀ ਡਿਪਾਰਟਮੈਂਟ ਦਾ ਨੋਟੀਫਿਕੇਸ਼ਨ ਆ ਚੁੱਕਿਆ ਹੈ 8393 టీచర్ ਪ੍ਰਾਈਮ ਪ੍ਰਾਇਮਰੀ ਪ੍ਰੀ టీచర్ ਦੀ ਵੈਕੈਂਸੀ ਜਿਹੜੀਆਂ ਉਹ ਆਊਟ ਕੀਤੇ ਜਾ ਚੁੱਕੇ ਆ ਕੱਲ ਮੈਂ ਤੁਹਾਨੂੰ ਵੀਡੀਓ ਬਣਾ ਕੇ ਵੀ ਦੱਸਦਾ ਸੀਗਾ ਤੇ ਉਹ ਨੋਟੀਫਿਕੇਸ਼ਨ ਵੀ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਜ਼ਰੂਰ ਰੀਡ ਕਰ ਲਿਓ ਤੇ ਉੱਥੇ ਜਾ ਕੇ ਅਪਲਾਈ ਵੀ ਜ਼ਰੂਰ ਕਰ ਲੈਣਾ ਬਹੁਤ ਵਧੀਆ ਮੌਕਾ ਤੁਹਾਡੇ ਕੋਲ ਆ ਚੁੱਕਿਆ ਆ ਤੇ ਹੁਣ ਆਪਾਂ ਗੱਲ ਕਰਦੇ ਹਾਂ ਰਿਕਰੂਟਮੈਂਟ ਦੇ ਕਿਵੇਂ ਅਪਲਾਈ ਕਰਨਾ ਕਿਆ-ਕਿਆ ਐਲੀਜੀਬਿਲਟੀ ਦੱਸੀ ਗਈ ਆ ਸਾਡੀ ਆਫੀਸ਼ੀਅਲ ਸਾਈਟ www.clory.com ਜਿਸ ਦਾ ਲਿੰਕ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਜਾ ਕੇ ਮਿਲ ਜਾਊਗਾ ਤੁਸੀਂ ਸਕਰੀਨ ਤੇ ਵੈਬਸਾਈਟ ਵੀ ਦੇਖ ਸਕਦੇ ਆ ਤੁਸੀਂ ਚਾਹੋ ਤੁਸੀਂ ਇਹਨੂੰ ਡਾਇਰੈਕਟ Google ਤੇ ਵੀ ਟਾਈਪ ਕਰ ਸਕਦੇ ਆ ਤੁਹਾਨੂੰ ਸਾਡੀ ਉਥੇ ਵੈਬਸਾਈਟ ਜਿਹੜੀ ਹੈ ਪਹਿਲੇ ਨੰਬਰ ਤੇ ਜਿਹੜੀ ਦਿਖੇਗੀ ਉਹ ਸਾਡੀ ਹੀ ਵੈਬਸਾਈਟ ਆ ਤੁਹਾਨੂੰ ਮਿਲ ਜਾਈਗੀ ਹੁਣ ਆਪਾਂ ਗੱਲ ਕਰਦੇ ਆ ਰਿਕਰੂਟਮੈਂਟ ਦੀ ਜਿਹੜੀ ਕਿ ਲੇਟੈਸਟ ਆਊਟ ਕੀਤੀ ਗਈ ਆ ਪੰਜਾਬ ਦੇ ਵਿੱਚ ਉਹਦੇ ਵਾਸਤੇ ਕਿਆ-ਕਿਆ ਐਲੀਜੀਬਿਲਟੀ ਦੱਸੀ ਗਈ ਆ ਕੌਣ ਇਹਦੇ ਵਿੱਚ ਜਿਹੜਾ ਕਦੋਂ ਤੋਂ ਕਦੋਂ ਤੱਕ ਅਪਲਾਈ ਕਰ ਸਕਦਾ ਹੁਣ ਆਪਾਂ ਚੱਲਦੇ ਆ ਨੋਟੀਫਿਕੇਸ਼ਨ ਦੇ ਉੱਤੇ ਉੱਥੇ ਮੈਂ ਤੁਹਾਨੂੰ 1 ਬਾਈ 1 ਦੱਸਾਂਗੀ ਕਿ ਕਿਹੜੀ ਪੋਸਟ ਵਾਸਤੇ ਕਿਆ ਐਲੀਜੀਬਿਲਟੀ ਰਵੇਗੀ ਸਾਰੀਆਂ ਪੋਸ ਮੈਂ ਪੀਡੀਐਫ ਤੇ ਤੁਹਾਨੂੰ ਲੈ ਚਲਦੀ ਆ ਪੀਡੀਐਫ ਮੈਂ ਡਾਊਨਲੋਡ ਕਰ ਲੀਤੀ ਆ ਤੁਸੀਂ ਦੇਖ ਸਕਦੇ ਆ ਆਪਾਂ ਆ ਚੁੱਕੇ ਆ ਨੋਟੀਫਿਕੇਸ਼ਨ ਦੇ ਉੱਤੇ ਇਹਦੇ ਵਿੱਚ ਜਿਹੜਾ ਇਹਨਾਂ ਨੇ ਕਲੀਅਰਲੀ ਦੱਸਿਆ ਹੋਇਆ ਜਿਹੜੀ ਸਾਡੀ ਉਮਰ ਹੱਦ ਹੈ ਘੱਟੋ-ਘੱਟ ਜਿੰਨੀ ਮਰਜ਼ੀ ਹੋਵੇ ਘੱਟੋ-ਘੱਟਾ ਮਤਲਬ ਐ ਨਹੀਂ ਹੈ ਕਿ ਅੰਡਰ 18 ਹੋਵੇ 18 ਪਲੱਸ ਹੋਵੇ ਮਤਲਬ ਘੱਟੋ-ਘੱਟ 18 ਮੈਕਸਿਮਮ ਜਿਹੜੀ ਆ ਉਹ 37 ਆ 37 ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ 37 ਤੋਂ ਜ਼ਿਆਦਾ ਵਾਲੇ ਅਪਲਾਈ ਨਹੀਂ ਕਰ ਸਕਦੇ ਇਹ ਤੁਹਾਡੇ ਲਈ ਇੱਥੇ ਜਿਹੜਾ ਇੰਪੋਰਟੈਂਟ ਪੁਆਇੰਂਟ ਆ ਇਸ ਤੋਂ ਇਲਾਵਾ ਅਤੇ ਹਰ ਕੈਟਾਗਰੀ ਦੀ ਵੈਕੈਂਸੀਸ ਨੂੰ ਆਊਟ ਕੀਤਾ ਗਿਆ ਉਹ ਵੀ ਮੈਂ ਤੁਹਾਨੂੰ ਦੱਸਾਂਗੀ ਕਿ ਕਿਹੜੀ ਕਿਹੜੀ ਕੈਟਾਗਰੀ ਹੈ ਕਿਸੇ ਪੋਸਟ ਵਾਸਤੇ ਰਿਟਰਨ ਐਗਜ਼ਾਮ ਹੈ ਕਿਸੇ ਪੋਸਟ ਵਾਸਤੇ ਸਿੱਧੀ ਇੰਟਰਵਿਊ ਇਹਨਾਂ ਨੇ ਰੱਖੀ ਹੋਈ ਹੈ ਇੰਟਰਵਿਊ ਡੇਟ ਵੀ ਮੈਂਸ਼ਨ ਕੀਤੀ ਹੋਈ ਹੈ ਤੇ ਲਾਸਟ ਡੇਟ ਅਪਲਾਈ ਕਰਨ ਦੀ ਵੀ ਮੈਂਸ਼ਨ ਕੀਤੀ ਹੈ ਅਪਲਾਈ ਇਹਦੇ ਵਿੱਚ ਤੁਸੀਂ ਆਨਲਾਈਨ ਕਰਨਾ ਹੈ ਜਿਸ ਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਦੇ ਦੇਵਾਂਗੀ ਐਪਲੀਕੇਸ਼ਨ ਫੀ ਜਿਹੜੀ ਹੈ ਅਲੱਗ-ਅਲੱਗ ਪੋਸਟ ਵਾਈਜ਼ ਹੈ ਕਿਸੇ ਪੋਸਟ ਲਈ 500 ਆ ਕਿਸੇ ਪੋਸਟ ਲਈ 600 ਆ ਕਿਸੇ ਲਈ 800 ਕਿਸੇ ਲਈ 1000 ਹੈ ਸਭ ਤੋਂ ਪਹਿਲੀ ਜਿਹੜੀ ਪੋਸਟ ਹੈ ਤੁਸੀਂ ਦੇਖ ਸਕਦੇ ਆ ਪ੍ਰੋਜੈਕਟ ਫੈਲੋ ਦੀ ਹੈ ਜਿਹਦੇ ਵਿੱਚ ਜਿਹੜੀ ਸੈਲਰੀ ਤੁਹਾਡੀ ਰਵੇਗੀ 12000 ਰਵੇਗੀ ਦੋ ਪੋਸਟਾਂ ਇਹਦੇ ਵਾਸਤੇ ਆਊਟ ਕੀਤੀਆਂ ਆ ਜਿਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਹੋਈ ਆ ਫਰਸਟ ਕਲਾਸ ਦੇ ਨਾਲ ਐਗਰੀਕਲਚਰ ਸਾਇੰਸ ਬੇਸਿਕ ਸਾਇੰਸ ਇੰਜੀਨੀਅਰਿੰਗ ਜਾਂ ਫਿਰ ਜੀਓਗ੍ਰਾਫੀ ਨਾ ਉਹ एलिਜੀਬਲ ਆ ਅਪਲਾਈ ਕਰ ਸਕਦੇ ਆ ਜਾਂ ਫਿਰ ਤੁਸੀਂ ਜਿਹੜੀ ਆ ਮਾਸਟਰ ਡਿਗਰੀ ਕੀਤੀ ਹੋਵੇ ਰਿਮੋਟ ਸੈਂਸਿੰਗ ਜਾਂ ਜੀਆਈਐਸ ਇਹਦੇ ਵਿੱਚ ਤਾਂ ਤੁਸੀਂ ਅਪਲਾਈ ਇਹਦੇ ਵਿੱਚ ਕਰ ਸਕਦੇ ਆ ਤੇ ਤੁਹਾਨੂੰ ਜੀਆਈਐਸ ਦੀ ਨੌਲੇਜ ਜਿਹੜੀ ਆ ਹੋਣੀ ਚਾਹੀਦੀ ਆ ਤੇ ਰਿਲੇਟਿਡ ਐਪਲੀਕੇਸ਼ਨ ਸੌਫਟਵੇਅਰ ਦੀ ਇਹਦੇ ਚਹੀਦੀਆ ਜੇ ਤੁਹਾਨੂੰ ਸਿਰਫ 6 ਮਨთ ਦਾ ਐਕਸਪੀਰੀਅੰਸ ਹੈ ਤੁਸੀਂ ਇਹਦੇ ਵਾਸਤੇ ਅਪਲਾਈ ਕਰ ਸਕਦੇ ਫਰੈਸ਼ਰ ਵਾਸਤੇ ਵੀ ਵੈਕੈਂਸੀ ਇੱਥੇ ਹੈਗੀ ਆ ਮੈਂ ਉਹ ਵੀ ਤੁਹਾਨੂੰ ਦੱਸ ਰਹੀ ਆ ਇਸ ਪੋਸਟ ਵਾਸਤੇ ਜਿਹੜੀ ਆਖਰੀ ਤਰੀਕ ਅਪਲਾਈ ਕਰਨ ਦੀ ਆ ਉਹ 4 ਦਸੰਬਰ ਹੈ 18 ਦਸੰਬਰ 2020 ਨੂੰ ਸ਼ੁੱਕਰਵਾਰ ਨੂੰ ਤੁਹਾਡਾ ਜਿਹੜਾ ਤੁਸੀਂ ਇੰਟਰਵਿਊ ਵਾਸਤੇ ਪਹੁੰਚਣਾ ਹੈ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਤੇ ਤੁਹਾਨੂੰ ਮੈਂ ਦੱਸ ਦਿੰਨੀ ਇਹਦੇ ਵਿੱਚ ਨੈਕਸਟ ਜਿਹੜੀ ਪੋਸਟ ਹੈ ਉਹ ਜੀਆਰਐਫ ਦੀ ਹੈ ਮਾਈਕ੍ਰੋਵੇਵ ਰਿਮੋਟ ਸੈਂਸਿੰਗ ਐਨਾਲਿਸਟ ਦੇ ਵਿੱਚ 25000 ਤੁਹਾਡੀ ਸੈਲਰੀ ਰਹੇਗੀ ਇਹਦੇ ਵਿੱਚ ਮਾਸਟਰ ਡਿਗਰੀ ਤੁਸੀਂ ਜੇ ਕੀਤੀ ਹੈ ਸਕਦੇ ਆ ਤੁਸੀਂ ਫਾਸਟ ਲਰਨਰ ਹੋ ਅਤੇ ਟੀਮ ਵਰਕਰ ਹੋ ਤਾਂ ਤੁਸੀਂ ਇਹਦੇ ਵਾਸਤੇ ਅਪਲਾਈ ਕਰ ਸਕਦੇ ਜੇ ਤੁਹਾਨੂੰ ਨੌਲੇਜ ਵੀ ਹੈਗੀ ਹੈ ਡਿਜੀਟਲ ਇਮੇਜ ਪ੍ਰੋਸੈਸਿੰਗ ਦੀ ਤਾਂ ਤੁਸੀਂ ਇਸ ਪੋਸਟ ਵਾਸਤੇ ਐਲੀਜੀਬਲ ਹੋ ਇਹਦੇ ਵਾਸਤੇ ਵੀ ਇੰਪੋਰਟੈਂਟ ਡੇਟ ਸੇਮ ਹੈ 4 ਦਸੰਬਰ ਆਖਰੀ ਤਰੀਕ ਹੈ ਲੇਕਿਨ ਇੰਟਰਵਿਊ ਇਹਦੀ ਵੀਰਵਾਰ ਨੂੰ ਰਵੇਗੀ 17 ਦਸੰਬਰ ਨੂੰ ਇਸ ਤੋਂ ਇਲਾਵਾ ਅਗਲੀ ਜਿਹੜੀ ਪੋਸਟ ਹੈ ਇਹ ਵੀ GRF ਦੀ ਹੈ ਉਹ ਵਾਲੀ ਮਾਈਕrowੇਵ ਰਿਮੋਟ ਸੈਂਸਿੰਗ ਦੇ ਵਿੱਚ ਹੈ ਠੀਕ ਹੈ ਇਹਦੇ ਵਾਸਤੇ ਵੀ ਸੈਲਰੀ ਜਿਹੜੀ ਸੇਮ ਆ ਇੱਕ ਪੋਸਟ ਹੈ ਇਹਦੇ ਵਾਸਤੇ ਵੀ ਇਲੀਜੀਬਿਲਟੀ ਸੇਮ ਆ ਤੁਸੀਂ ਖੁਦ ਰੀਡ ਕਰ ਸਕਦੇ ਆ ਇਹਦੇ ਲਈ ਵੀ ਲਾਸਟ ਡੇਟ 4 ਦਸੰਬਰ ਆ ਔਰ ਇੰਟਰਵਿਊ ਤੁਹਾਡੀ ਜਿਹੜੀ ਰਵੇਗੀ ਉਹ 17 ਦਸੰਬਰ 2020 ਨੂੰ ਸਵੇਰੇ ਰਵੇਗੀ ਅਗਲੀ ਜਿਹੜੀ ਪੋਸਟ ਹੈ ਉਹ ਵੀ GRF ਦੀ ਹੈ ਰਿਮੋਟ ਸੈਂਸਿੰਗ ਅਤੇ GIS ਸਪੈਸ਼ਲਿਸਟ ਦੀ ਦੋ ਪੋਸਟਾਂ ਆ ਸੇਮ ਸੈਲਰੀ ਆ ਸੇਮ ਇਲੀਜੀਬਿਲਟੀ ਆ ਔਰ ਸੇਮ ਇੰਪੋਰਟੈਂਟ ਡੇਟਸ ਐ ਇਹਦੇ ਵਿੱਚ ਦੱਸਤੀ ਆਂ ਇਸ ਤੋਂ ਇਲਾਵਾ ਹੁਣ ਜਿਹੜੀ ਅਗਲੀ ਪੋਸਟ ਹੈ ਤੁਸੀਂ ਦੇਖ ਸਕਦੇ ਆ ਇਹਦੇ ਵਿੱਚ ਰਿਸਰਚ ਫੈਲੋ ਦੀ ਆ ਡਿਜੀਟਲ ਇਮੇਜ ਐਨਾਲਿਸਟ ਦੇ ਵਿੱਚ ਸੈਲਰੀ ਤੁਹਾਡੀ 27000 ਪਰ ਮੰਥ ਰਹੇਗੀ ਦੋ ਪੋਸਟਾਂ ਨੂੰ ਆਊਟ ਕੀਤਾ ਗਿਆ ਆ ਤੁਸੀਂ ਮਾਸਟਰ ਡਿਗਰੀ ਕੀਤੀ ਹੋਈ ਆ ਫਰਸਟ ਕਲਾਸ ਦੇ ਵਿੱਚ ਰਿਮੋਟ ਸੈਂਸਿੰਗ ਅਤੇ ਜੀਆਈਐਸ ਦੇ ਵਿੱਚ ਜੀਆ ਜਾਂ ਫਿਰ ਜੀਆਈਐਸਟੀ ਦੇ ਵਿੱਚ ਤਾਂ ਤੁਸੀਂ ਜਿਹੜਾ ਅਪਲਾਈ ਕਰ ਸਕਦੇ ਆ ਇਹਦੇ ਨਾਲ ਇਹਨਾਂ ਨੇ 1 ਸਾਲ ਦਾ ਐਕਸਪੀਰੀਅੰਸ ਮੰਗਿਆ ਆ ਐਜ਼ ਅ ਜੂਨੀਅਰ ਰਿਸਰਚ ਫੈਲੋ ਕਿਹੜੀ ਫੀਲਡ ਦੇ ਵਿੱਚ ਮੰਗਿਆ ਰਿਮੋਟ ਸੈਂਸਿੰਗ ਅਤੇ ਅਤੇ ਜੀਆਈਐਸ ਦੇ ਵਿੱਚ ਜਾਂ ਤੁਸੀਂ ਫਿਰ ਮਾਸਟਰ ਡਿਗਰੀ ਕੀਤੀ ਹੋਵੇ ਐਗਰੀਕਲਚਰ ਸਾਇੰਸ ਦੇ ਵਿੱਚ ਇੰਜੀਨੀਅਰਿੰਗ ਜੀਓਗ੍ਰਾਫੀ ਫੋਰੈਸਟਰੀ এনवायरमेंटਲ ਸਾਇੰਸ ਦੇ ਵਿੱਚ ਵਿਦ ਡਿਪਲੋਮਾ ਇਨ ਆਰਐਸ ਐਂਡ ਜੀਆਈਐਸ ਤੇ ਨਾਲ 1 ਸਾਲ ਦਾ ਐਕਸਪੀਰੀਅੰਸ ਹੋਵੇ ਜੀਆਰਐਫ ਦੇ ਵਿੱਚ ਤਾਂ ਤੁਸੀਂ ਜਿਹੜਾ ਅਪਲਾਈ ਕਰ ਸਕਦੇ ਆ ਬਹੁਤ ਵਧੀਆ ਮੌਕਾ ਹੈ ਇਹਦੇ ਵਾਸਤੇ ਵੀ ਇੰਪੋਰਟੈਂਟ ਡੇਟਸ ਲਾਸਟ ਸੇਕ ਜਿਹੜੀ ਅਪਲਾਈ ਕਰਨ ਦੀ 4 ਦਸੰਬਰ ਹੈ ਆਨਲਾਈਨ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਅਪਲਾਈ ਕਰਨਾ 18 ਦਸੰਬਰ ਨੂੰ ਇਹ ਇੰਟਰਵਿਊ ਰਵੇਗੀ ਠੀਕ ਹੈ ਇਹ ਸਾਰੀ ਪੋਸਟਾਂ ਨੇ ਬਾਕੀ ਜਿਹੜੀ ਪੋਸਟਾਂ ਆ ਉਹ ਨਵੰਬਰ ਵਾਸਤੇ ਆਈਆਂ ਸਗੀਆਂ ਉਹ ਤਾਂ ਹੁਣ ਨਿਕਲ ਹੀ ਚੁੱਕਿਆ ਹੈ ਬਾਕੀ ਜਿਹੜੀ ਹੈ ਦਸੰਬਰ ਵਾਸਤੇ ਉਹ ਮੈਂ ਤੁਹਾਨੂੰ ਦੱਸਤੀ ਹਾਂ ਤੁਸੀਂ ਇਸਿੱਧਾ ਵੈਬਸਾਈਟ ਤੇ ਵੀ ਜਾ ਸਕਦੇ ਆ ਸਾਡੀ ਵੈਬਸਾਈਟ ਦੇ ਥਰੂ ਵੀ ਤੁਸੀਂ ਜਿਹੜਾ ਜਾ ਸਕਦੇ ਆ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਧੰਨ